ਜਦੋਂ ਸਵੇਰੇ ਆ ਰਹੇ ਸੀ ਦਾਣਾ ਮੰਡੀ ਪੁਰਾਣੀ 'ਚ, ਅਤੇ ਮੂੰਹ ਕਸਾਫੇ ਬੰਨ ਕੇ ਮੂੰਹ ਬੰਨੇ ਹੋਏ ਨੇ, ਉਹਨਾਂ ਦੇ ਕਿਰਪਾਨਾਂ ਲੈ ਕੇ ਆ ਗਏ। 6000 ਰੁਪਈਆ ਸੀਗਾ, ਮੋਬਾਈਲ ਸੀਗਾ, ਲੈ ਗਏ ਖੋ ਕੇ। ਤੇਰੇ ਮੂੰਹ ਬੰਨ ਕੇ ਆਉਂਦੇ ਆ, ਬਾਈਕ ਦੇ ਵਿੱਚ ਬਾਈਕ ਮਾਰਦੇ, ਥੱਲੇ ਸਿੱਟ ਦਿੰਦੇ ਆ, ਪਰ ਕੱਲ੍ਹ ਕੁਦਰਤੀ ਮੇਰੀ ਬੱਚਤ ਰਹਿ ਗਈ, ਉਹਨਾਂ ਨੇ ਪੂਰਾ ਜ਼ੋਰ ਲਾਇਆ ਵੀ ਮੈਨੂੰ ਲੁੱਟ ਲੈਣ। ਡੇਲੀ ਰੋਜ਼ ਦਾ ਕੰਮ ਹੋ ਚੁੱਕਿਆ ਜੀ, 3-4 ਵਾਰ ਪ੍ਰਸ਼ਾਸਨ ਨੂੰ ਮਿਲ ਚੁੱਕਿਆ ਜੀ, ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ। ਜਦੋਂ ਵੀ ਜਾਂਦੇ ਹਾਂ ਸਾਨੂੰ ਇੰਨੀ ਗੱਲ ਕਹਿ ਦਿੱਤੀ ਜਾਂਦੀ ਹੈ ਜੀ, PCR ਲਗਾ ਦਿੱਤੇ ਜਾਣਗੇ। ਮੰਡੀ 'ਚ ਇੱਥੇ ਸਾਰੇ ਜਿਹੜੇ ਆੜਤ ਵਾਲੇ ਅਤੇ ਜਿਹੜੇ ਸਬਜ਼ੀ ਵਾਲੇ ਰੇਹੜੀਆਂ ਵਾਲੇ ਹੈਗੇ ਨੇ, ਉਹ ਇਕੱਠੇ ਹੋਏ ਸੀਗੇ, ਅਤੇ ਉਹਨਾਂ ਨੇ ਜਿਹੜੀ ਡਿਮਾਂਡ ਕੀਤੀ ਸੀ ਸਵੇਰੇ ਦੇ ਟਾਈਮ, ਜਿਹੜਾ 4-6 ਸਾਡੇ ਜਿਹੜਾ PCR ਦੀ ਗਸਤ ਵਧਾਈ ਜਾਵੇ। ਗਰੀਬ ਵਿਅਕਤੀ ਦੇ ਨਾਲ ਹੋਈ ਲੁੱਟ, ਸ਼ਰੇਆਮ ਕਿਰਪਾਨਾਂ ਦੀ ਨੋਕ ਤੇ ਲੁੱਟ ਲੈ ਗਏ ਗਰੀਬ ਸਬਜ਼ੀ ਵਿਕਰੇਤਾ ਤੋਂ ਪੈਸੇ, ਘਟਨਾ CCTV ਕੈਮਰੇ 'ਚ ਹੋਈ ਕੈਦ। ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਵੱਧ ਰਹੀਆਂ ਲੁੱਟਾਂ, ਖੋਹਾਂ ਤੋਂ ਤੰਗ ਆਏ ਰੇਹੜੀ ਫੜੀ ਤੇ ਸਬਜ਼ੀ ਮੰਡੀ ਦੇ ਆੜਤੀਏ, ਐਸੋਸੀਏਸ਼ਨ ਨੇ ਮੰਡੀ ਵਿੱਚ ਇਕੱਠੇ ਹੋ ਕੇ ਇਸ ਮੌਕੇ ਰੇਹੜੀ ਤੇ ਸਬਜ਼ੀ ਵੇਚਣ ਦਾ ਕੰਮ ਕਰ ਰਹੇ ਗਰੀਬ ਆਤਮਾ ਨੇ ਦੱਸਿਆ ਕਿ ਅਸੀਂ ਤੜਕਸਰ ਕਰੀਬ 5 ਵਜੇ ਸਬਜ਼ੀ ਮੰਡੀ ਜਾ ਰਹੇ ਸੀ ਕਿ ਅਚਾਨਕ 3 ਅਣਪਛਾਤੇ ਵਿਅਕਤੀ, ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸਨ, ਮੋਟਰਸਾਈਕਲ ਤੇ ਆਏ ਤੇ ਕਿਰਪਾਨਾਂ ਕੱਢ ਕੇ ਸਾਡੇ ਨਾਲ ਲੁੱਟ ਖੋ ਕਰਨੀ ਸ਼ੁਰੂ ਕਰ ਦਿੱਤੀ ਤੇ ਤਲਵਾਰਾਂ ਦੀ ਨੋਕ ਤੇ ਨੌਜਵਾਨਾਂ ਦੇ ਵੱਲੋਂ ਸਾਡੇ ਕੋਲੋਂ ਕਰੀਬ 6000 ਰੁਪਏ ਤੇ ਮੋਬਾਈਲ ਲੈ ਕੇ ਫਰਾਰ ਹੋ ਗਏ, ਜਿਸ ਦੀ ਸ਼ਿਕਾਇਤ ਅਸੀਂ ਪੁਲਿਸ ਨੂੰ ਦਰਜ ਕਰਾ ਦਿੱਤੀ, ਜਿਸ ਤੋਂ ਬਾਅਦ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ, ਜਿਸ ਦੇ ਰੋਸ ਵਜੋਂ ਅੱਜ ਮੰਡੀ ਦੇ ਵਿੱਚ ਇਕੱਠ ਕੀਤਾ ਗਿਆ। ਉੱਥੇ ਹੀ ਮੌਕੇ ਤੇ ਪਹੁੰਚੇ SHO ਵਰੁਣ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਮੰਡੀ ਦੇ ਵਿੱਚ ਰੇਹੜੀਆਂ ਵਾਲੇ ਤੇ ਆੜਤੀਆਂ ਨੇ ਇਹ ਇਕੱਠ ਕੀਤਾ ਹੋਇਆ ਸੀ, ਜਿਨ੍ਹਾਂ ਨੇ ਮੰਗ ਕੀਤੀ ਸੀ ਕਿ ਸਵੇਰ ਦੇ ਟਾਈਮ PCR ਤੇ ਗਸਤ ਵਧਾਈ ਜਾਵੇ ਤੇ ਅਸੀਂ 2 PCR ਦੀ ਪੱਕੀ ਡਿਊਟੀ ਲਗਾ ਦਿੱਤੀ ਤੇ ਜੋ ਵੀ ਗਲਤ ਅਨਸਰ ਹੋਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਫਰੂਟ ਦਾ ਕੰਮ ਕਰਦੇ ਆ, ਸਵੇਰੇ ਆ ਰਹੇ ਸੀ ਦਾਣਾ ਮੰਡੀ ਪੁਰਾਣੀ 'ਚੋਂ, ਤੇ ਮੂੰਹ ਕਸਾਫੇ ਬੰਨ ਕੇ ਮੂੰਹ ਬੰਨੇ ਹੋਏ ਇਹਨਾਂ ਦੇ ਕਿਰਪਾਨਾਂ ਲੈ ਕੇ ਆ ਗਏ। 6000 ਰੁਪਈਆ ਸੀਗਾ, ਮੋਬਾਈਲ ਸੀਗਾ, ਲੈ ਗਏ ਖੋ ਕੇ, ਜਿੰਨੇ ਦਿਨ ਦੇ ਮਾਰਦੇ। ਡਿਊਟੀਆਂ ਲਾਈ ਜਾਣ, ਫੜੇ ਜਾਣ, ਗਰੀਬ ਬੰਦੇ ਮਾਰੇ ਜਾਂਦੇ ਆ, ਇਹ ਸੁਵਿਧਾ ਲੈ ਕੇ ਜਾਂਦੇ ਆ, ਉਹਨਾਂ ਪੈਸੇ ਕਿੱਥੋਂ ਦੇਈਏ, ਖੋਹੀ ਲੈਣਗੇ ਸਾਥੋਂ, ਅਸੀਂ ਕਿੱਥੋਂ ਪੂਰੇ ਕਰਾਂਗੇ, ਬੱਚੇ ਕਿਵੇਂ ਪਾਲਾਂਗੇ। ਮੇਰਾ ਨਾਮ ਸ਼ਿੰਦੂ ਹੈ ਜੀ, ਸਪੁੱਛੋ ਦਾ ਰਹਿਣ ਵਾਲਾ, ਸਬਜ਼ੀ ਮੰਡੀ ਮੇਰਾ ਆੜਤ ਦਾ ਕੰਮ ਹੈ। ਲੁਟੇਰੇ ਮੂੰਹ ਬੰਨ ਕੇ ਆਉਂਦੇ ਆ, ਬਾਈਕ ਦੇ ਵਿੱਚ ਬਾਈਕ ਮਾਰਦੇ, ਥੱਲੇ ਸਿੱਟ ਦਿੰਦੇ ਆ, ਪਰ ਕੱਲ੍ਹ ਕੁਦਰਤੀ ਮੇਰੀ ਬੱਚਤ ਰਹਿ ਗਈ, ਉਹਨਾਂ ਨੇ ਪੂਰਾ ਜ਼ੋਰ ਲਾਇਆ ਵੀ ਮੈਨੂੰ ਲੁੱਟ ਲੈਣ, ਪਰ ਮੈਂ ਕਿਸੇ ਤਰੀਕੇ ਨਾਲ ਉੱਥੋਂ ਜਾ ਕੇ ਨਿਕਲ ਆਇਆ, ਮੇਰੇ ਤੋਂ ਬਾਅਦ 2 ਬੰਦੇ ਪਿੱਛੇ ਉਹਨਾਂ ਨੇ ਲੁੱਟ ਲਏ। ਕਿੰਨੇ ਵਜੇ ਦੀ ਘਟਨਾ ਹੈ? ਇਹ 4:45 ਤੋਂ 5 ਵਜੇ ਦੀ ਘਟਨਾ ਜੀ, ਇਹ ਸੁਬਹ। ਕਿੰਨੇ ਬੰਦੇ? 2 ਬੰਦੇ ਦਾ ਗਰੁੱਪ, ਇੱਕ ਹੈ ਜੀ, ਤਿੰਨਾਂ ਦਾ ਇੱਕ ਹੈ। ਸਾਡਾ ਇਹ ਸਬਜ਼ੀ ਮੰਡੀ ਵਿੱਚ ਆੜਤ ਦਾ ਕੰਮ ਹੈ ਜੀ, ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਹਾਂ, ਦੱਸਣਾ ਚਾਹੁੰਦੇ ਹਾਂ, ਸਾਡੇ ਰੇਹੜੀਆਂ ਵਾਲੇ ਤੇ ਆੜਤੀਏ ਭਰਾ ਸਵੇਰੇ 4 ਵਜੇ ਆਉਂਦੇ ਆ ਮੰਡੀ ਜੀ, ਇਹਨਾਂ ਨਾਲ ਰਸਤੇ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਇਹਨਾਂ ਨੂੰ ਘੇਰਿਆ ਜਾਂਦਾ ਜੀ, ਇਹਨਾਂ ਨਾਲ ਲੁੱਟ ਘਸੁੱਟ ਕੀਤੀ, ਇਹਨਾਂ ਨਾਲ ਮਾਰਕੁੱਟ ਕੀਤੀ ਜਾਂਦੀ। ਡੇਲੀ ਰੋਜ਼ ਦਾ ਕੰਮ ਹੋ ਚੁੱਕਿਆ ਜੀ, 3-4 ਵਾਰ ਪ੍ਰਸ਼ਾਸਨ ਨੂੰ ਮਿਲ ਚੁੱਕੇ ਹਾਂ ਜੀ, ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ। ਜਦੋਂ ਵੀ ਜਾਂਦੇ ਹਾਂ ਸਾਨੂੰ ਇੰਨੀ ਗੱਲ ਕਹਿ ਦਿੱਤੀ ਜਾਂਦੀ ਹੈ ਜੀ,
ਪੀਸੀਆਂ ਲਗਾ ਦਿੱਤੇ ਜਾਣਗੇ ਪਰ ਕੋਈ ਕਾਰਵਾਈ ਨਹੀਂ ਹੁੰਦੀ। ਅਗਲੀ ਗੱਲ ਅਸੀਂ ਇਹ ਕਰਨਾ ਚਾਹੁੰਦੇ ਹਾਂ, ਸਾਡੇ ਆਹ 5-7 ਦਿਨਾਂ ਵਿੱਚ ਇੰਨੀਆਂ ਇਹਨਾਂ ਲੁੱਟਾਂ ਹੋਈਆਂ ਕਿ ਗਰੀਬ ਬੰਦੇ ਆ ਰੇਹੜੀਆਂ ਵਾਲੇ ਉਹਨਾਂ ਨੂੰ 7-7-8 ਹਜ਼ਾਰ ਰੁਪਏ ਖੋਏ ਗਏ ਆ। ਅਸੀਂ ਇਹ ਕਹਿਣਾ ਚਾਹੁੰਦੇ ਹਾਂ, ਸਾਡੀ ਰੇਹੜੀ ਯੂਨੀਅਨ ਅਤੇ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਯੂਨੀਅਨ ਇਹ ਕਹਿਣਾ ਚਾਹੁੰਦੀ ਆ ਕਿ ਜੇ ਸਾਡੀ ਅਸੀਂ DSP ਪੁਲਿਸ ਪ੍ਰਸ਼ਾਸਨ ਨੂੰ ਮਿਲਾਂਗੇ, ਜੇ ਸਾਡੀ ਆ ਸੁਣਵਾਈ ਨਾ ਹੋਈ, ਜੇ ਇਸ ਮਸਲੇ ਦਾ ਹੱਲ ਨਾ ਨਿਕਲਿਆ ਤਾਂ ਅਸੀਂ ਅਗਲੀ ਕਾਰਵਾਈ ਇਹ ਕਰਾਂਗੇ, ਸਬਜ਼ੀ ਮੰਡੀ ਬੰਦ ਕਰਾਂਗੇ ਅਤੇ ਅਸੀਂ ਸਿਟੀ ਦੇ ਮੂਹਰੇ ਧਰਨਾ ਦੇਵਾਂਗੇ ਜੇ ਸਾਡਾ ਹੱਲ ਨਾ ਹੋਇਆ ਤਾਂ ਜੀ। ਕਿਉਂਕਿ ਇਸ ਵਿੱਚ ਸਾਡੀ ਸਾਰੀ ਰੇਹੜੀ ਯੂਨੀਅਨ ਅਤੇ ਸਾਡਾ ਆੜ੍ਹਤੀ ਐਸੋਸੀਏਸ਼ਨ ਸਾਰੀ ਯੂਨੀਅਨ ਸਾਡੇ ਨਾਲ ਹੈ ਜੀ। ਜੇ ਪਹਿਲੀ ਗੱਲ ਅਸੀਂ ਪ੍ਰਸ਼ਾਸਨ ਦੇ ਅੱਗੇ ਜਾ ਕੇ ਬੇਨਤੀ ਕਰਾਂਗੇ ਸਾਡਾ ਇਹ ਮਸਲੇ ਦਾ ਹੱਲ ਕੀਤਾ ਜਾਵੇ, ਜੇ ਸਾਡੇ ਮਸਲੇ ਦਾ ਹੱਲ ਨਾ ਕੀਤਾ ਤਾਂ ਅਗਲੀ ਕਾਰਵਾਈ ਅਸੀਂ ਇਹ ਕਰਾਂਗੇ, ਮੰਡੀ ਯੂਨੀਅਨ ਸਾਰੀ ਬੰਦ ਕੀਤੀ ਜਾਊਗੀ। ਮੰਡੀ 'ਚ ਇੱਥੇ ਸਾਰੇ ਜਿਹੜੇ ਆੜ੍ਹਤ ਵਾਲੇ ਅਤੇ ਜਿਹੜੇ ਸਬਜ਼ੀ ਵਾਲੇ ਰੇਹੜੀਆਂ ਵਾਲੇ ਹੈਗੇ ਨੇ ਉਹ ਇਕੱਠੇ ਹੋਏ ਸੀਗੇ ਅਤੇ ਉਹਨਾਂ ਨੇ ਜਿਹੜੀ ਡਿਮਾਂਡ ਕੀਤੀ ਸੀ ਸਵੇਰੇ ਦੇ ਟਾਈਮ ਜਿਹੜਾ 4-6 ਸਾਡੇ ਜਿਹੜਾ PCR ਦੀ ਗਸਤ ਵਧਾਈ ਜਾਵੇ ਅਤੇ ਉਹ ਜਿਹੜੀ ਹੈਗੀ ਹੈ ਅਸੀਂ PCR ਨੂੰ ਹਦਾਇਤ ਕਰਦੀ ਹੈ ਵੀ 2 PCR ਪੱਕੇ ਸਵੇਰੇ ਇੱਥੇ ਮੰਡੀ 'ਚ ਰਿਹਾ ਕਰਨਗੇ ਅਤੇ ਨਾਲੇ ਜਿਹੜੇ ਚੌਂਕੀ ਦਾ ਡਿਊਟੀ ਅਫਸਰ ਹੋਇਆ ਕਰੂਗਾ ਉਹਨੂੰ ਵੀ ਅਸੀਂ ਹਦਾਇਤ ਕੀਤੀ ਹੈ ਵੀ ਇੱਥੇ ਜਿਹੜਾ ਸਵੇਰੇ 4-6 ਗੇੜਾ ਰੱਖੇ ਅਤੇ ਜੇ ਕੋਈ ਮਾੜੇ ਅਨਸਰ ਤੁਰੇ ਫਿਰਦੇ ਆ ਤਾਂ ਉਹਨਾਂ ਨੂੰ ਲਿਆ ਕੇ ਥਾਣੇ ਵੈਰੀਫਾਈ ਕੀਤਾ।